ਇੱਕ ਵਾਰੀ ਸੰਤ ਬਾਬਾ ਮਾਨ ਸਿੰਘ ਜੀ ਨੂੰ ਕਿਸੇ ਮਤ ਵਾਲਿਆਂ ਨੇ ਕਹਿਤਾ, ਬਾਣੀ ਬੋਲਦੀ ਨਹੀਂ, ਦੇਹਧਾਰੀ ਗੁਰੂ ਚਾਹੀਦਾ। ਬਾਬਾ ਜੀ ਕਹਿੰਦੇ ਬਾਣੀ ਬੋਲਦੀ ਹੈ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪੇ ਅਡੋਲ ਨਾ ਕਬਹੂ ਡੋਲੈ। ਸੰਤ ਬਾਬਾ ਮਾਨ ਸਿੰਘ ਜੀ ਕਹਿੰਦੇ ਓ ਬਾਣੀ ਦੀ ਗੱਲ ਛੱਡੋ, ਮੈਂ ਇੱਕ ਦੁਨੀਆਦਾਰੀ ਦੀ ਗੱਲ ਦੱਸਣ ਲੱਗਾ। ਕਹਿੰਦੇ ਇੱਥੋਂ ਅੰਮ੍ਰਿਤਸਰ ਜਾਈਏ ਨਾ, ਰਸਤੇ ਵਿੱਚ ਮੀਲ ਪੱਥਰ ਲੱਗੇ ਹੁੰਦੇ ਨੇ, ਉਹਦੇ ਉੱਤੇ ਲਿਖਿਆ ਹੁੰਦਾ ਹੈ ਅੰਮ੍ਰਿਤਸਰ ਇੰਨੇ ਕਿਲੋਮੀਟਰ, ਫਿਰ ਘਟਦਿਆਂ 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 ਇੱਕ ਥਾਂ ਤੇ ਮੀਲ ਪੱਥਰ ਤੇ ਲਿਖਿਆ ਹੁੰਦਾ ਅੰਮ੍ਰਿਤਸਰ 0 ਕਿਲੋਮੀਟਰ। ਵੀ ਇਹਦਾ ਮਤਲਬ ਵੀ ਅੰਮ੍ਰਿਤਸਰ ਆ ਗਿਆ, ਅਸੀਂ ਵੀ ਇੱਥੇ ਆਏ ਹਾਂ। ਅਜਰੌਰ ਪਿੰਡ ਲੱਭਦਿਆਂ ਲੱਭਦਿਆਂ ਇੰਨੇ ਕਿਲੋਮੀਟਰ ਇੱਥੇ ਆ ਕੇ ਫਿਰ ਸਾਹਮਣੇ ਆ ਗਿਆ। ਐ ਹੁੰਦਾ ਜਦੋਂ ਸਿੱਖ ਗੁਰੂ ਵੱਲ ਤੁਰਦਾ ਤੇ ਫਿਰ ਕਦਮ ਦਰ ਕਦਮ ਫਿਰ ਇੱਕ ਥਾਂ ਤੇ ਆ ਕੇ ਗੁਰੂ ਤੇ ਸਿੱਖ ਜਿਹੜਾ ਇੱਕੋ ਰੂਪ ਹੋ ਜਾਂਦਾ ਹੈ। ਵਾਹਿਗੁਰੂ ਹਰ ਹਰ ਦੋਏ ਜਨ ਏਕ ਹੈ, ਬਿੰਬ ਚਾਰ ਕਿਛ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ, ਸਮਾਏ ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਬੱਬਰ ਸ਼ੇਰ ਨਿਕਲਿਆ, ਉਹਨੇ ਉਹਦੇ ਮੁਰਦੇ ਬੰਦੇ ਦੇ ਪੈਰ ਸੁੰਘੇ, ਗੋਡੇ ਸੁੰਘੇ, ਮੂੰਹ ਸੁੰਘਿਆ, ਮੱਥਾ ਸੁੰਘਿਆ, ਸਿਰ ਫੇਰ ਦਿੱਤਾ, ਰੋਣ ਲੱਗ ਗਿਆ। ਮਰਦਾਨਾ ਕਹਿੰਦਾ ਮਹਾਰਾਜ ਮੁਰਦਾ ਇਹਦਾ ਸਾਹਮਣੇ ਖਾਜਾ ਖਾਧਾ ਨਹੀਂ। ਕਹਿੰਦੇ ਮਰਦਾਨਿਆ ਇਹਨੂੰ ਪੁੱਛ ਲੈ, ਉਹਦੇ ਵਿੱਚ ਬੋਲਣ ਦੀ ਸਮਰੱਥਾ ਆ ਗਈ ਸ਼ੇਰ ਚ। ਤੁਸੀਂ ਕਹੋਗੇ ਸ਼ੇਰ ਕਿਵੇਂ ਬੋਲ ਸਕਦਾ, ਬੋਲਦਾ। ਸਾਡੇ ਭੇਵੇ ਦੇ ਕੋਲ ਇੱਕ ਕਰਾ ਸਾਹਿਬ ਗੁਰਦੁਆਰਾ, ਕਰਾ ਸਾਹਿਬ 6ਵੇਂ ਪਾਤਸ਼ਾਹ ਦਾ ਸਥਾਨ ਹੈ। ਉੱਥੇ 6ਵੇਂ ਪਾਤਸ਼ਾਹ ਨੇ ਊਠ ਤੋਂ ਗੀਤਾ ਦੇ ਸਲੋਕਾਂ ਦੇ ਅਰਥ ਕਰਾਤੇ, ਗੀਤਾ ਦੇ ਸਲੋਕਾਂ ਦੇ। ਐ ਬੋਲਦਾ ਪਸ਼ੂ ਪ੍ਰੇਤ ਮੁਗਤ ਕੋ ਤਾਰੇ, ਭਾਣ ਪਾਰੇ ਉਤਾਰੇ, ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ, ਬਲਹਾਰੇ ਪੰਜੋਖੜਾ ਸਾਹਿਬ। ਉਹ ਕੰਨਾਂ ਤੋਂ ਬੋਲਾ, ਜ਼ਬਾਨ ਤੋਂ ਗੂੰਗਾ, ਛੱਜੂ ਝੂਰ ਨੂੰ ਸਿਰ ਤੇ ਰੱਖੀ ਛਟੀ, ਐ ਰੱਖਦਾ ਜਿਹੜਾ ਗੁਰੂ ਕੋਲ ਆ ਕੇ ਮੱਥਾ ਟੇਕਦਾ ਨਾ, ਐ ਛਟੀ ਰੱਖਦਾ ਉਹਦੇ ਸਿਰ ਤੇ, ਰਖਾ ਲੋ। ਪਰ ਆਪਾਂ ਰਖਾਂਦੇ ਹੀ ਨਹੀਂ, ਛਟੀ ਰੱਖੀ, ਕਾੜ ਕਾੜ ਬੋਲਿਆ। ਉਹ ਕਹਿੰਦੇ ਗੀਤਾ ਅੱਗੂ ਸੁਣਨੀ ਕਿ ਪਿੱਛੋਂ ਸੁਣਨੀ ਹੈ? ਕਹੇ ਤੇ ਮੈਂ ਪਿਛਲੇ ਪਾਸਿਓਂ ਬੈਕ ਗੇਅਰ ਲਾ ਕੇ ਗੱਡੀ ਦੜਾ ਦਿਆਂ, ਬੈਕ ਗੇਅਰ ਲਾ ਦਿਆਂ, ਬੈਕ ਗੇਅਰ ਚੱਲਦੀ ਬੜੀ ਔਖੀ ਹੈ, ਪਰ ਗੁਰੂ ਨਾਨਕ ਦੀ ਕਿਰਪਾ ਹੋ ਜੇ ਨਾ ਉਹ ਤੇ ਗੂੰਗਿਆ ਤੂੰ ਪਾਠ ਕਰਾਵੇ, ਉਹ ਤਾਂ ਗੂੰਗਿਆ ਤੂੰ ਪਾਠ ਕਰਾਵੇ, ਜੇ ਕਿਰਪਾ ਤੇਰੀ ਹੋ ਜੇ ਮਾਲਕਾ, ਗੂੰਗਿਆ ਤੂੰ ਪਾਠ ਕਰਾਵੇ, ਕਿਰਪਾ ਤੇਰੀ ਹੋ ਜੇ
ਖਲ ਚਤਰਬ ਕੀਤਾ ਅੰਗਲੇ ਤ੍ਰੈਪਣ ਸੂਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣਿਓ ਮੇਰੇ ਮੀਤਾ।